ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਸ਼ਾਇਨਾ ਗੋਇਲ ਤੇ ਸੋ ਫਰੈਂਡਸ ਪੀਐਸਟ 2024 ਦਾ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਆਇਆ ਸੀ ਮੈਂ ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕੀਤੀ ਉਹਦੇ ਰਿਗਾਰਡਿੰਗ ਕਾਫੀ ਬੱਚਾਂ ਦੇ ਡਾਊਟਸ ਨੇ ਜੋ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਆਨਸਰ ਕਰਨ ਵਾਲੀਆਂ ਸੋ ਫਰੈਂਡਸ ਵੀਡੀਓ ਨੂੰ ਕੰਪਲੀਟ ਦੇਖਿਓ ਤੇ ਦੇਖੋ ਜਿਵੇਂ ਕਿ ਤੁਸੀਂ ਜਾਣਦੇ ਹੋ ਜਿਹੜਾ 2024 ਪੀਐਸਟ ਦਾ ਪੇਪਰ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਪਾਇਆ ਉਹਨਾਂ ਨੇ ਉਹਦੇ ਅਕੋਰਡਿੰਗ ਤੁਹਾਡਾ ਜਿਹੜਾ ਪੇਪਰ ਹੈਗਾ 26 ਮਈ ਨੂੰ ਯਾਨੀ ਕਿ ਦਿਨ ਹੈਗਾ ਸੰਡੇ ਉਦੋਂ ਤੁਹਾਡਾ ਪੇਪਰ ਹੋਣਾ ਨਿਸ਼ਚਿਤ ਹੋਇਆ ਡੇਟ ਦੇਖੋ ਜਿਹੜੀ ਇਹਦੀ ਹੈਗੀ ਆ ਥੋੜੀ ਬਹੁਤ ਚੇਂਜ ਕਰ ਸਕਦੇ ਨੇ ਚੇਂजेस ਅੱਗੇ ਵੀ ਹੁੰਦੀਆਂ ਰਹਿੰਦੀਆਂ ਨੇ ਇਸ ਕਰਕੇ ਕੋਈ ਖਾਸ ਗੱਲ ਨਹੀਂ ਆ ਦੇ ਵਿੱਚ ਉਹ ਅਫੀਸ਼ੀਅਲ ਵੈਬਸਾਈਟ ਤੇ ਪਾ ਦਿੱਤੀ ਜਾਏਗੀ ਜਾਂ ਫਿਰ ਇਸ ਰਿਲੇਟਡ ਹਰ ਇੱਕ ਅਪਡੇਟ ਤੁਹਾਨੂੰ ਮੇਰੇ ਚੈਨਲ ਤੇ ਇਮੀਡੀਏਟ ਮਿਲੇਗੀ ਠੀਕ ਹੈ ਤੁਸੀਂ ਇੱਥੋਂ ਵੀ ਚੈੱਕ ਕਰ ਸਕਦੇ ਹੋ ਜੇ ਤੁਸੀਂ ਕਨਫਰਮ ਕਰਨਾ ਹੈ ਤਾਂ ਅਫੀਸ਼ੀਅਲ ਵੈਬਸਾਈਟ ਤੋਂ ਵੀ ਉਹ ਇਨਫੋਰਮੇਸ਼ਨ ਡਾਇਰੈਕਟ ਚੈੱਕ ਕਰ ਸਕਦੇ ਹੋ ਮੈਂ ਜੋ ਵੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੀ ਉਹ 100% ਗਾਰੰਟੀਡ ਵਿਦ ਅਫੀਸ਼ੀਅਲ ਨੋਟੀਫਿਕੇਸ਼ਨ ਹੋਵੇਗੀ ਠੀਕ ਹੈ ਕੋਈ ਵੀ ਆਪਾਂ ਬਿਨਾ ਕਨਫਰਮ ਕੀਤੀ ਹੋਈ ਗੱਲ ਤੁਹਾਡੇ ਨਾਲ ਸ਼ੇਅਰ ਨਹੀਂ ਕਰਨੀ ਤੁਹਾਨੂੰ ਮਿਸਕਾਇਡ ਨਹੀਂ ਕਰਨਾ ਤੇ ਸਭ ਤੋਂ ਪਹਿਲਾਂ ਜਿਹੜਾ ਡਾਊਟ ਆਪਾਂ ਸਟਾਰਟ ਕਰਦੇ ਬੱਚੇ ਦੀ ਕੁਐਰੀਜ਼ ਦੇ ਨਾਲ ਐਪਲਾਈ ਕਰਨ ਦੀ ਡੇਟ ਕੀ ਹੈ ਹਲੇ ਦੇਖੋ ਬੱਚੇ ਜਿਹੜੀ ਇਹਦੀ ਡੇਟ ਆਈ ਹੈ ਉਹ ਸਿਰਫ ਤੁਹਾਡੀ ਪੇਪਰ ਦੀ ਡੇਟ ਆਈ ਹੈ ਅਪਲਾਈ ਦੀ ਡੇਟ ਵੀ ਬਹੁਤ ਜਲਦੀ ਆ ਜਾਏਗੀ ਸਿਰਫ ਹਲੇ ਆਪਣੇ ਕੋਲ ਸਿਰਫ ਇੱਕ ਨੋਟੀਫਿਕੇਸ਼ਨ ਆਇਆ ਉਹਦੀ ਪੇਪਰ ਦੀ ਤਾਰੀਖ ਦਾ ਯਾਨੀ ਕਿ ਹੁਣ ਸਾਰੀਆਂ ਜੜੀਆਂ ਦੀਆਂ ਨੋਟੀਫਿਕੇਸ਼ਨਸ ਨੇ ਉਹ ਲਗਾਤਾਰ ਵੈਬਸਾਈਟ ਤੇ ਅਪਲੋਡ ਕੀਤੀਆਂ ਜਾਣੀਆਂ ਜਿਹੜੀ ਕਿ 1 ਬਾਈ 1 ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਨੈਕਸਟ ਹੈਗਾ ਸਿਲੇਬਸ ਰਿਗਾਰਡਿੰਗ ਵੀ ਗਾਈਡ ਕਰ ਦੋ ਦੇਖੋ ਬੇਟੇ ਜਿਹਦਾ ਇਹਦਾ ਸਿਲੇਬਸ ਹੈ ਉਹ ਆਲਮੋਸਟ ਸੇਮ ਹੀ ਰਹਿੰਦਾ ਹੈ ਲੇਕਿਨ ਫੇਰ ਵੀ ਜਦੋਂ ਤੱਕ ਆਫੀਸ਼ੀਅਲੀ ਇਹ ਆਪਣਾ ਸਿਲੇਬਸ ਜੋ ਹੈ ਆਪਣੇ ਨਾਲ ਸ਼ੇਅਰ ਨਹੀਂ ਕਰਦੇ ਪੀਡੀਐਫ ਅਪਲੋਡ ਨਹੀਂ ਕਰਦੇ ਮੈਂ ਤੁਹਾਡੇ ਨਾਲ ਉਹ ਫਾਰਵਰਡ ਨਹੀਂ ਕਰ ਸਕਦੀ ਡਿਸਕਸ ਨਹੀਂ ਕਰ ਸਕਦੀ ਠੀਕ ਹੈ ਕੁਝ ਚੇਂਜੇਸ ਕਰਦੇ ਨੇ ਤਾਂ ਬਿਲਕੁਲ ਜੋ ਫਾਈਨਲ ਸਿਲੇਬਸ ਹੈ ਪੀਐਸਟ ਦਾ ਉਹ ਮੈਂ ਆਫੀਸ਼ੀਅਲੀ ਜਿਹੜਾ ਆਊਗਾ ਉਹੀ ਤੁਹਾਡੇ ਨਾਲ ਡਾਇਰੈਕਟ ਸ਼ੇਅਰ ਕਰਾਂਗੀ ਨੈਕਸਟ ਹੈਗਾ ਸੈਕੰਡ ਸੈਮੈਸਟਰ ਵਾਲੇ ਸਟੂਡੈਂਟਸ ਅਪਲਾਈ ਕਰ ਸਕਦੇ ਆ ਜੀ ਜਾਂ ਨਹੀਂ ਕਰ ਸਕਦੇ ਠੀਕ ਹੈ 3-4 ਬੱਚਿਆਂ ਦੇ ਇਹੀ ਡਾਊਟਸ ਨੇ ਠੀਕ ਹੈ ਤੇ ਹੁਣ ਦੇਖੋ ਉਹੀ ਗੱਲ ਕਿ ਜਦੋਂ ਤੱਕ ਆਫੀਸ਼ੀਅਲੀ ਕੁਝ ਨਹੀਂ ਕਹਿੰਦੇ ਕਿਉਂਕਿ ਹਰ ਸਾਲ ਇਹ ਚੀਜ਼ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਕੁਝ ਨਾ ਕੁਝ ਅਮੈਂਡਮੈਂਟਸ ਹੁੰਦੀਆਂ ਰਹਿੰਦੀਆਂ ਨੇ ਠੀਕ ਹੈ ਆਪਾਂ ਪਿਛਲੇ ਸਾਲ ਦੇ ਰੂਲਸ ਨਾਲ ਨਹੀਂ ਚੱਲ ਸਕਦੇ ਜਦੋਂ ਤੱਕ ਇਹ ਆਫੀਸ਼ੀਅਲੀ ਇਹ ਨਹੀਂ ਦੱਸਦੇ ਕਿ ਬੀਅਰਡ ਅਪੀਅਰਿੰਗ ਵਾਲੇ ਬੱਚੇ ਪੀਐਸਟੈਟ ਦਾ ਪੇਪਰ ਦੇ ਸਕਦੇ ਨਹੀਂ ਐ ਜਾਂ ਨਹੀਂ ਦੇ ਸਕਦੇ ਹੁਣ ਦੇਖੋ ਜੇ ਆਪਾਂ ਗੱਲ ਕਰੀਏ ਸੀਟੈਟ ਦੀ ਤਾਂ ਸੀਟੈਟ ਦਾ ਪੇਪਰ ਹਰ ਬੱਚਾ ਦੇ ਸਕਦਾ ਜਿਹੜਾ ਅਪੀਅਰਿੰਗ ਹੈ ਟੀਚਰ ਟ੍ਰੇਨਿੰਗ ਕੋਰਸ ਵਿੱਚ ਜੇ ਤੁਸੀਂ ਐਡਮਿਸ਼ਨ ਲੈ ਲਈ ਚਾਹੇ ਤੁਹਾਡਾ ਪਹਿਲਾ ਦਿਨ ਹੈ ਚਾਹੇ ਤੁਸੀਂ ਐਡਮਿਸ਼ਨ ਲਿੱਤੀ ਹੈ ਹਲੇ ਪਹਿਲੇ ਦਿਨ ਗਏ ਵੀ ਨਹੀਂ ਤਾਂ ਵੀ ਤੁਸੀਂ ਫਾਰਮ ਇਹਦਾ ਭਰ ਸਕਦੇ ਹੋ ਤੁਹਾਡਾ ਜਿਹੜਾ ਸਰਟੀਫਿਕੇਟ ਆਫ ਵੈਲਿਡ ਹੋਏਗਾ ਠੀਕ ਹੈ ਤੁਹਾਡਾ ਜੇ ਪਾਸ ਹੋ ਜਾਂਦਾ ਉਹ ਸਰਟੀਫਿਕੇਟ ਵੈਲਿਡ ਹੋਏਗਾ ਲੇਕਿਨ ਪੀਐਸਟੀਟਰ ਰਿਲੇਟਡ ਹਲੇ ਜਰ ਤੱਕ ਆਪਾਨੂੰ ਨੋਟੀਫਿਕੇਸ਼ਨ ਨਹੀਂ ਆ ਜਾਂਦਾ ਆਪਾਂ ਇਸ ਰਿਲੇਟਡ ਕੁਝ ਵੀ ਨਹੀਂ ਕਹਿ ਸਕਦੇ ਸੋ ਵੇਟ ਕਰੋ ਇਹਨਾਂ ਦੇ ਨੋਟੀਫਿਕੇਸ਼ਨ ਔਨ ਦੀ ਤੇ ਮੈਂ ਚੈਨਲ ਤੇ ਇਮੀਡੀਏਟ ਉਸ ਚੀਜ਼ ਨੂੰ ਅਪਲੋਡ ਕਰ ਦੇਣਾ ਤੇ ਤੁਸੀਂ ਇਥੋਂ ਰੈਗੂਲਰ ਚੈੱਕ ਕਰ ਸਕਦੇ ਹੋ ਜੇ ਫੇਰ ਵੀ ਤੁਸੀਂ ਥੋੜੀ-ਬਹੁਤ ਇਹਦੀ ਡਿਟੇਲਸ ਦੇਖਣੀਆਂ ਨੇ ਤਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਪੀਐਸਟੈਟ ਦੀ ਇਨਫੋਰਮੇਸ਼ਨ ਹੈਗੀ ਐ ਸਾਰੀਆਂ ਪਈਆਂ ਨੇ ਵੀਡੀਓ ਸਾਰੀਆਂ ਪਈਆਂ ਨੇ ਪਿਛਲੇ ਸਾਲ ਵੀ ਬਹੁਤ ਅੱਛੀ ਤਰ੍ਹਾਂ ਤਿਆਰੀ ਕਰਵਾਈ ਸੀ ਬੱਚਿਆਂ ਨੂੰ ਬਹੁਤ ਬੱਚਿਆਂ ਦੇ ਜਿਹੜੇ ਹੈਗੇ ਨੇ ਪੇਪਰ ਕਲੀਅਰ ਹੋਏ ਸੀ ਤੇ ਚੰਗੇ ਨੰਬਰ ਵੀ ਆਏ ਸੀ ਠੀਕ ਹੈ ਤੇ ਉਸੇ ਤਰ੍ਹਾਂ ਅਪਾ ਸਾਲ ਵੀ ਤਿਆਰੀ ਕਰਾਂਗੇ ਪੀਐਸਟੈਟ ਦੇ ਪੇਪਰ ਲਈ ਤੇ ਦੇਖੋ ਤੁਸੀਂ ਬਹੁਤ ਪੇਪਰ ਤੋਂ ਜਸਟ ਨੇੜੇ ਆ ਕੇ ਤਿਆਰੀ ਨਾ ਕਰਿਓ ਮੈਂ ਬਾਰ ਬਾਰ ਇਹੀ ਚੀਜ਼ ਕਹਿ ਰਹੀ ਆ ਕਿ ਬੱਚੇ ਸੋਚ ਲੈਂਦੇ ਕਿ ਮਹੀਨਾ ਰਹਿ ਗਿਆ ਹੁਣ ਅਸੀਂ ਤਿਆਰੀ ਸ਼ੁਰੂ ਕਰ ਲਈਏ ਆਪਦੇ ਕਨਸੈਪਟ ਜਿਹੜੇ ਹੈਗੇ ਪਹਿਲਾਂ ਹੀ ਪ੍ਰਿਪੇਅਰ ਕਰਕੇ ਰੱਖੋ ਕਨਸੈਪਟ ਤੁਹਾਨੂੰ ਕਲੀਅਰ ਹੈ ਤਾਂ ਪੇਪਰ ਕਿਤੋਂ ਵੀ ਆਜੇ ਐਮਸੀਕਿਊ ਕਿਤੋਂ ਵੀ ਪਾਦਨ ਤੁਹਾਡਾ ਉਹ 100% ਗਾਰੰਟੀਡ ਸਹੀ ਹੋਣਾ ਹੈ ਠੀਕ ਹੈ ਜੀ ਸੋ ਇਹ ਤੋਂ ਇਲਾਵਾ ਵੀ ਜੇ ਤੁਹਾਡੇ ਕੋਈ ਡਾਊਟਸ ਨੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਆਈ ਵਿਲ ਟ੍ਰਾਈ ਟੂ ਰਿਪਲਾਈ ਯੂ ਐਸ ਸੂਨ ਐਸ ਪੋਸੀਬਲ ਸੋ ਫਰੈਂਡਸ ਚੈਨਲ ਤੇ ਬਨੇ ਰਹੀਓ ਬੈਲ ਆਈਕਨ ਔਨ ਕਰਕੇ ਰੱਖਿਓ ਤਾਂ ਕਿ ਜਿਹੜੀ ਵੀ ਲੇਟੈਸਟ ਵੀਡੀਓ ਮੈਂ ਅਪਲੋਡ ਕਰਾਂ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਆਪਣੇ ਫੋਨ ਤੇ ਹੀ ਮਿਲ ਜਾਏ ਸੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਟਿਲ ਥੈਂਕ ਯੂ ਵਾਚਿੰਗ ਫਰੈਂਡਸ